सब तो वड्डी गल क्योंकि आद समय के वेले जो लोगों के बिच अनपढ़ता सी तो उस वेले गल हुंदी सी उस वेले जिहड़े पंडित जां दूसरे जिहड़े धार्मिक व्यक्ति हुंदे सी ਉਹ ਚਲੇ ਜਾਂਦੇ ਸੀ ਵੀ ਤੁਹਾਡਾ ਕਿਹੜਾ ਚੜਿਆ ਉਹ ਕਹਿੰਦੇ ਜੀ ਨਵਾਂ ਮਹੀਨਾ ਦੇਸੀ ਚੜ ਗਿਆ ਫਿਰ ਉਹ ਸਿੱਖ ਜਾਂ ਕਹਿ ਲਓ ਜਾਂ ਉਸ ਵੇਲੇ ਦੇ ਲੋਕ ਉਹ ਫਿਰ ਇੱਕ ਦਿਨ ਜਾ ਕੇ ਉਹਨਾਂ ਦੀ ਲੁੱਟ ਘਸੁੱਟ ਵੀ ਹੁੰਦੀ ਸੀ ਫਿਰ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਪੰਜਵੀਂ ਜੋਤ ਸਾਹਿਬ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ 12 ਮਹਾਂ ਆਚਾਰ ਕੇ ਸਿੱਖ ਨੂੰ ਇਹਦਾ ਆਦੇਸ਼ ਵੀ ਦਿੱਤਾ ਕਿ ਸੰਗਰਾਂਦ ਵਾਲੇ ਦਿਨ ਆ ਕੇ ਮੱਥਾ ਟੇਕ ਕੇ ਨਹੀਂ ਚੱਲਿਆ ਜਾਣਾ ਇਹਦੇ ਵਿੱਚ ਕਰਨਾ ਕੀ ਆ ਤੈਂ ਚੇਤ 'ਚ ਕੀ ਕਰਨਾ ਵਿਸਾਖ 'ਚ ਕੀ ਕਰਨਾ ਜੇਠ ਹਾੜ ਸਾਉਣ ਭਾਦੋ ਇਵੇਂ 12 ਮਹੀਨਿਆਂ ਦੇ ਵਿੱਚ ਸਤਿਗੁਰੂ ਜੀ ਨੇ ਸਿੱਖ ਨੂੰ ਆਦੇਸ਼ ਕੀਤੇ ਕਿ ਤੂੰ 12 ਮਹੀਨਿਆਂ ਦੇ ਵਿੱਚ ਉਸ ਪਵਿੱਤਰ ਹਰੀ ਰੂਪ ਦੇ ਨਾਲ ਵਾਹਿਗੁਰੂ ਦੇ ਨਾਲ ਜੁੜਨਾ ਫਿਰ ਤੇਰਾ ਜਿਹੜਾ ਇਹ ਸਾਲ ਵੀ ਪੂਰਾ ਸਫਲ ਹੋ ਜਾਊਗਾ ਸੋ ਮੈਂ ਅੱਜ ਦੇ ਇਸ ਪਵਿੱਤਰ ਦਿਹਾੜੇ ਦੇ ਉੱਤੇ ਸਮੁੱਚੀ ਸਿੱਖ ਸੰਗਤ ਨੂੰ ਬਹੁਤ ਬਹੁਤ ਵਧਾਈ ਦਿੰਦਾ ਇਹ ਵੀ ਕਾਮਨਾ ਕਰਦਾ ਵੀ ਇਹਨੂੰ ਆਪਾਂ ਇਸ ਆਮਦ ਨੂੰ ਵੱਡੇ ਪੱਧਰ 'ਤੇ ਮਨਾਇਆ ਕਰੀਏ ਆਮ ਕਰਕੇ ਕਿਉਂਕਿ ਗੋਰਿਆਂ ਦਾ ਪਹਿਲੀ ਜਨਵਰੀ ਨੂੰ ਆਪਾਂ ਕਹਿੰਦੇ ਨਵਾਂ ਸਾਲ ਚੜ੍ਹ ਗਿਆ ਪਰ ਖਾਲਸਾ ਹੀ ਵਿਰਾਸਤ ਅਨੁਸਾਰ ਖਾਲਸੇ ਦਾ ਸਾਲ ਪਹਿਲੀ ਚੇਤ ਨੂੰ ਚੜ੍ਹਦਾ ਸੋ ਗੁਰੂ ਸਾਹਿਬ ਕਿਰਪਾ ਕਰਨ ਸਾਨੂੰ ਇਹ ਜਾਂਚ ਅਤੇ ਪਿਰਤਾਂ ਜਿਹੜੀਆਂ ਸਤਿਗੁਰੂ ਜੀ ਨੇ ਸਾਨੂੰ ਪਾ ਕੇ ਦਿੱਤੀਆਂ ਸੀ ਉਹ ਪਿਰਤਾਂ ਸਤਿਗੁਰੂ ਜੀ ਸਾਡੇ ਕੋਲੋਂ ਬਹਾਲ ਕਰਾ ਲੈਣ ਬਹੁਤ ਬਹੁਤ ਧੰਨਵਾਦ ਅਤੇ ਵਧਾਈ ਬਹੁਤ ਬਹੁਤ ਦਿੰਦਾ ਸਮੁੱਚੇ ਸਿੱਖ ਪੰਥ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਨਾਨਕ ਸ਼ਾਹੀ ਸੰਮਤ 555 ਦਾ ਆਗਾਜ਼ ਹੋਇਆ ਮੈਂ ਇਸ ਨਵੇਂ ਵਰ੍ਹੇ ਨਾਨਕ ਸ਼ਾਹੀ ਸੰਮਤ 555 ਦੀਆਂ ਸਮੂਹ ਖਾਲਸਾ ਪੰਥ ਨੂੰ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੂੰ ਬਹੁਤ 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 ਵਧਾਈਆਂ ਦਿੰਦਾ ਇਹ ਸਿੱਖਾਂ ਦਾ ਨਾਨਕ ਸ਼ਾਹੀ ਸੰਮਤ 555ਵਾਂ ਸਾਲ ਹੈ ਆਪਣੇ ਦਿਨ ਦਿਹਾੜੇ ਗੁਰਪੁਰਬ ਗੁਰੂ ਸਾਹਿਬਾਨ ਨਾਲ ਸੰਬੰਧਿਤ ਜਿੰਨੇ ਵੀ ਦਿਹਾੜੇ ਹੈ ਅਸੀਂ ਸਾਰੇ ਰਲ ਮਿਲ ਕੇ ਇਸ ਨਾਨਕ ਸ਼ਾਹੀ ਸੰਮਤ 555 ਦੇ ਮੁਤਾਬਕ ਜਿਹੜਾ ਹੈ ਉਹ ਮਨਾਉਣ ਦਾ ਯਤਨ ਕਰੀਏ ਮਨਾਈਏ ਕਿਉਂਕਿ ਇਹ ਸਾਡਾ ਸਾਲ ਹੈ ਸਾਡਾ ਸੰਮਤ ਹੈ ਸਾਡਾ ਕੈਲੰਡਰ ਹੈ ਮੈਂ ਇੱਕ ਵਾਰੀ ਫਿਰ ਨਾਨਕ ਸ਼ਾਹੀ ਸੰਮਤ 555 ਦੇ ਅੱਜ ਆਰੰਭ ਹੋਣ 'ਤੇ ਨਵੇਂ ਸਾਲ ਦੇ ਪਹਿਲੇ ਦਿਨ 'ਤੇ ਇਸ ਦਿਨ ਦੀਆਂ ਬਹੁਤ 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 ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੂੰ ਗੁਰੂ ਖਾਲਸਾ ਪੰਥ ਨੂੰ ਵਧਾਈ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੜਿਆਸ ਆਇਆ ਹੂੰ ਮੇਰਾ ਨਾਮ ਭਗਵਾਨ ਦਾਸ ਹੈ ਅੱਜ ਸਿੱਖੋ ਕਾ 555 ਨਵਾਂ ਸਾਲ ਹੈ ਕਿਆ ਕਹਿਣਾ ਚਾਹੇਂਗੇ ਸਿੱਖੋ ਕੋ ਕੈਸੇ ਮਨਾਉਣਾ ਚਾਹੀਏ ਸਿੱਖੋ ਕੋ ਹਮੇਸ਼ਾ ਜੋ ਦੇਖਤਾ ਹੂੰ ਮੈਂ जो उनकी गुरु सेवा होती है जो उनको जाप होता है नाम होता है वो सबको अपनाना चाहिए और गुरु दर्शन के लिए यहाँ आना जरूरी है जिस हिसाब से मेरा हुआ है जो मेरा औरो हुआ है बहुत अच्छा हुआ है सिखां नूं गुरु घर दे नाल अपनी लगन जोड़नी चाहिए है दिन रात करके सेवा करनी चाहिए है पाठ पूजा सब कुछ करना चाहिए इस करके ਕੀ ਅੰਮ੍ਰਿਤਸਰ ਨਿਵਾਸੀਆਂ ਨੂੰ ਕੀ ਅਪੀਲ ਕਰਦੇ ਹੋ ਕਿ ਇੱਥੇ ਆ ਕੇ ਜਿਹੜੀ ਹਾਜ਼ਰੀਆਂ ਭਰਨ ਅਤੇ ਜਿਹੜਾ ਨਵਾਂ ਸਾਲ ਮਨਾਉਣ ਹਾਂ ਇੱਥੇ ਆ ਕੇ ਗੁਰੂ ਘਰ ਗੁਰੂ ਰਾਮਦਾਸ ਦੇ ਘਰ ਆ ਕੇ ਸਾਰੀਆਂ ਮਨੋਕਾਮਨਾ ਪੂਰੀਆਂ ਹੁੰਦੀਆਂ ਇੱਥੇ ਦਿਨ ਰਾਤ ਸਾਰੀ ਸੰਗਤ ਸੇਵਾ ਕਰਦੀ ਹੈ ਰਲ ਮਿਲ ਕੇ